ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 9ਵੀਂ ਜਮਾਤ ਦੀ ਪੰਜਾਬੀ ਪੁਸਤਕ ਦੀ ਕਹਾਣੀ ਬਸ ਕੰਡਾ ਕਟਰ ਦੇ ਪਰਿਸ਼ਾਣ ਉਤਰ ਕਰਾਂਗੇ ਸਾਰ ਕਰਾਂਗੇ ਅਤੇ ਵਸਤੂਨਿਸ਼ਟ ਪਰਿਸ਼ਾਣ ਉਤਰ ਕਰਾਂਗੇ ਇਸ ਦੇ ਕਹਾਣੀਕਾਰ ਦਲੀਪ ਕੌਰ ਟਿਵਾਣਾ ਜੀ ਹਨ ਸਭ ਤੋਂ ਪਹਿਲਾਂ ਆਪਾਂ ਇਸ ਦਾ ਸਾਰ ਕਰਦੇ ਹਾਂ ਜਦੋਂ ਪਾਲੀ ਦੀ ਬਦਲੀ ਨਾਬੇ ਤੋਂ ਪਟਿਆਲੇ ਦੀ ਹੋ ਗਈ ਸੀ ਤਾਂ ਉਹ ਹਰ ਰੋਜ਼ ਬਸ ਰਹੀਂ ਨਾਬੇ ਤੋਂ ਪਟਿਆਲੇ ਜਾਂਦੀ ਸੀ ਬਸ ਵਿੱਚ ਭੀੜ ਗਰਮੀ ਕੰਡਕਟਰਾਂ ਦੀਆਂ ਅਜੀਬ ਹਰਕਤਾਂ ਤੇ ਅਸੱਭਿਆ ਬੋਲਾਂ ਕਾਰਨ ਉਸ ਦਾ ਮਨ ਬਹੁਤ ਕਾਲਾ ਪੈ ਜਾਂਦਾ ਸੀ ਇੱਕ ਜੀਤ ਨਾਂ ਦਾ ਕੰਡਕਟਰ ਬਹੁਤ ਸੌ ਸੁਭਾਅ ਵਾਲਾ ਸੀ ਪਾਲੀ ਨੂੰ ਆਪਣੇ ਪ੍ਰਤੀ ਉਸ ਦੀ ਹਮਦਰਦੀ ਭਰਪੂਰ ਪ੍ਰਤਾਪ ਪਸੰਦ ਸੀ ਪਰ ਉਸ ਦੀ ਹੱਦ ਤੋਂ ਵੱਧ ਹਮਦਰਦੀ ਪਾਲੀ ਨੂੰ ਪਰੇਸ਼ਾਨ ਕਰਨ ਲੱਗੀ ਜੀਤ ਇੱਕ ਬੁੱਢੀ ਨੂੰ ਖੁੱਲੇ ਪੈਸੇ ਨਾ ਹੋਣ ਕਰਕੇ ਉਸ ਨੂੰ ਥੱਲੇ ਉਤਰ ਕੇ ਨੋਟਪੁਨਾ ਅਕੇਲੇ ਆਉਣ ਲਈ ਕਹਿੰਦਾ ਹੈ ਪਰ ਪਾਲੀ ਕੋਲ ਟਿਕਟ ਲਈ ਪੈਸੇ ਖੁੱਲੇ ਨਾ ਹੋਣ ਤੇ ਉਸਨੇ ਉਸ ਨੂੰ ਅਗਲੇ ਦਿਨ ਪੈਸੇ ਦੇਣ ਲਈ ਕਹਿ ਦਿੱਤਾ ਉਸਨੇ ਇੱਕ ਦਿਨ ਆਵਾਜ਼ਾਂ ਕੱਸਣ ਵਾਲੇ ਇੱਕ ਬੰਦੇ ਨੂੰ ਬੱਸ ਤੋਂ ਉਤਾਰ ਦੇਣ ਦੀ ਧਮਕੀ ਵੀ ਦਿੱਤੀ ਪਟਿਆਲੇ ਦੀ ਚੁੰਗੀ ਲੰਗਣ ਮੰਗਰੋਂ ਜੀਤ ਨੇ ਬੱਸ ਦੇ ਡਰਾਈਵਰ ਨੂੰ ਕਹਿ ਕੇ ਬੱਸ ਲੀਲਾ ਭਵਨ ਵੱਲ ਮੁੜਵਾ ਲਈ ਜਿਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸਵਾਰੀਆਂ ਨੂੰ ਗੁੱਸਾ ਦਿਖਾਇਆ ਨੇ ਗੁੱਸਾ ਦਿਖਾਇਆ ਉਸਨੇ ਸਿੰਮੇ ਕੋਲ ਬੱਸ ਰੁਕਵਾ ਕੇ ਪਾਲੀ ਨੂੰ ਉਥੋਂ ਹਸਪਤਾਲ ਨੇੜੇ ਹੋਣ ਬਾਰੇ ਦੱਸ ਕੇ ਉੱਤਰ ਜਾਣ ਲਈ ਕਿਹਾ ਇੱਕ ਦਿਨ ਬੱਸ ਭਰੀ ਹੋਈ ਸੀ ਤੇ ਜੀਤ ਬਾਧੂ ਸਵਾਰੀਆਂ ਉਤਾਰ ਰਿਹਾ ਸੀ ਪਰ ਉਸਨੇ ਪਾਲੀ ਲਈ ਸੀਟ ਰੱਖੀ ਹੋਈ ਸੀ ਇੱਕ ਦਿਨ ਪਾਲੀ ਕਿਸੇ ਹੋਰ ਬੱਸ ਉੱਤੇ ਜਾਣ ਲਈ ਜਾਣਬੁੱਝ ਕੇ ਥੋੜੀ ਦੇਰ ਨਾਲ ਆਈ ਪਰ ਜੀਤ ਨੇ ਉਸ ਲਈ ਬੱਸ ਵੀ ਰੋਕੀ ਹੋਈ ਸੀ ਤੇ ਸੀਟ ਵੀ ਰੱਖੀ ਹੋਈ ਸੀ ਪਾਲੀ ਦੀ ਬਦਲੀ ਦੇਰ ਵਿੱਚ ਬਦਲੀ ਵਿੱਚ ਦੇਰ ਹੋ ਰਹੀ ਸੀ ਅਤੇ ਉਹ ਬਸ ਦੇ ਸਫ਼ਰ ਤੋਂ ਤੰਗ ਆ ਗਈ ਸੀ ਪਾਲੀ ਤੋਂ ਜੀਤ ਨੇ ਕਰਾਇਆ ਲੈਣਾ ਵੀ ਬੰਦ ਕਰ ਦਿੱਤਾ ਸੀ ਪਾਲੀ ਪ੍ਰਤੀ ਜੀਤ ਦੇ ਹਮਦਰਦੀ ਭਰੇ ਵਤੀਰੇ ਨੂੰ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਸਨ ਜਿਸ ਕਾਰਨ ਪਾਲੀ ਨੂੰ ਜੀਤ ਪ੍ਰਤੀ ਮਨ ਹੀ ਮਨ ਗੁੱਸਾ ਵੀ ਆਉਂਦਾ ਪਰ ਉਹ ਉਸ ਨਾਲ ਝਗੜਾ ਕਰਨਾ ਵੀ ਠੀਕ ਨਾ ਸਮਝਦੀ ਇੱਕ ਦਿਨ ਰਸਤੇ ਵਿੱਚ ਚੈਕਰ ਬਸ ਵਿੱਚ ਚੜ ਆਇਆ ਪਾਲੀ ਨੂੰ ਉਸ ਦੇਖ ਕੇ ਪਾਲੀ ਉਸ ਨੂੰ ਦੇਖ ਕੇ ਘਬਰਾ ਗਈ ਕਿਉਂਕਿ ਉਸ ਦਿਨ ਵੀ ਜੀਤ ਨੇ ਨਾ ਉਸ ਤੋਂ ਪੈਸੇ ਲਏ ਨਾ ਟਿਕਟ ਦਿੱਤੀ ਪਰੰਤੂ ਪਾਲੀ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਜੀਤ ਨੇ ਪਾਲੀ ਦੀ ਟਿਕਟ ਆਪਣੀ ਜੇਬ ਵਿੱਚੋਂ ਕੱਢ ਕੇ ਦਿਖਾਉਂਦਿਆਂ ਕਿਹਾ ਇਹ ਉਸ ਦੀ ਭੈਣ ਹੈ ਪਾਲੀ ਹੈਰਾਨ ਸੀ ਕਿ 60 ਰੁਪਏ ਦੀ ਤਨਖਾਹ ਲੈਣ ਵਾਲਾ ਕੰਡਕਟਰ ਉਸ ਦੀ ਟਿਕਟ ਦੇ ਪੈਸੇ ਕਿਸ ਤਰ੍ਹਾਂ ਭਰਦਾ ਹੋਵੇਗਾ ਹਸਪਤਾਲ ਵਿੱਚ ਉਹ ਇਹ ਸੋਚ ਕੇ ਬੇਚੈਨ ਹੁੰਦੀ ਰਹੀ ਸ਼ਾਮ ਨੂੰ ਜਦੋਂ ਉਹ ਬੱਸ ਅੱਡੇ ਤੇ ਪਹੁੰਚੀ ਤਾਂ ਜੀਤ ਨੇ ਉਸ ਨੂੰ ਦੱਸਿਆ ਕਿ ਉਸਦੀ ਭੈਣ ਅਮਰਜੀਤ ਲਾਹੌਰ ਵਿੱਚ ਪੜ੍ਹਦੀ ਸੀ ਪਰ ਉਹ ਹੱਲਿਆਂ ਵਿੱਚ ਟੱਬਰ ਸਮੇਤ ਮਰ ਗਈ ਉਹ ਰੁੱਲਦਾ ਖੁੱਲਦਾ ਇੱਥੇ ਪਹੁੰਚ ਕੇ ਕੰਡਕਟਰ ਲੱਗ ਗਿਆ ਤੇ ਉਸ ਨੂੰ ਉਸਦੇ ਹੱਥ ਵਿੱਚ ਬੈਗ ਤੇ ਟੂਟੀਆਂ ਦੇਖ ਕੇ ਆਪਣੀ ਭੈਣ ਯਾਦ ਆ ਜਾਂਦੀ ਹੈ ਇਹ ਸੁਣ ਕੇ ਪਾਲੀ ਬਹੁਤ ਬੇਚੈਨ ਹੋ ਗਈ ਉਸ ਨੂੰ ਸਮਝ ਨਹੀਂ ਸੀ ਲੱਗਦੀ ਕਿ ਉਹ ਕੀ ਕਹੇ ਪਰ ਪਾਲੀ ਉਸ ਨੂੰ ਜਾਂਦੇ ਨੂੰ ਬੜੀ ਮੋਹ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਸੰਖੇਪ ਉਤਰਾਂ ਵਾਲੇ ਪ੍ਰਸ਼ਨ ਪਰੇਸ਼ਨਾ ਨੰਬਰ 1 ਬੱਸ ਵਿੱਚ ਸਵਾਰ ਇੱਕ ਸਰਦਾਰ ਪਾਲੀ ਬਾਰੇ ਕੀ ਆਖਦਾ ਹੈ ਉਤਰ ਬੱਸ ਵਿੱਚ ਸਵਾਰ ਇੱਕ ਸਰਦਾਰ ਪਾਲੀ ਦੀ ਪ੍ਰਸ਼ੰਸਾ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਕਈ ਵਾਰੀ ਪਟਿਆਲੇ ਗਿਆ ਹੈ ਉਸਨੇ ਇਹ ਡਾਕਟਰਨੀ ਨੂੰ ਕਦੇ ਬੋਲਦੀ ਨਹੀਂ ਸੁਣਿਆ ਇਸ ਲਈ ਉਹ ਪਾਲੀ ਨੂੰ ਕਿਸੇ ਘਰਾਣੇ ਦੀ ਕੁੜੀ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਪਾਲੀ ਕਿਸੇ ਬਹੁਤ ਹੀ ਵਧੀਆ ਸੁਭਾਅ ਤੇ ਵਧੀਆ ਪਰਿਵਾਰ ਨਾਲ ਸੰਬੰਧਿਤ ਹੈ। ਪ੍ਰਸ਼ਨ ਨੰਬਰ 2 ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆਂ ਪਾਲੀ ਅਤੇ ਬੁੱਢੀ ਮਾਈ ਨਾਲ ਕਿਹੋ ਜਿਹਾ ਵਰਤਾਓ ਕੀਤਾ? ਉੱਤਰ ਬੱਸ ਕੰਡਕਟਰ ਦਾ ਵਰਤਾਓ ਪਾਲੀ ਪ੍ਰਤੀ ਹਮਦਰਦੀ ਵਾਲਾ ਪਰ ਬੁੱਢੀ ਮਾਈ ਪ੍ਰਤੀ ਰੁੱਖਾ ਸੀ। ਬੱਸ ਕਿਰਾਏ ਲਈ ਖੁੱਲੇ ਪੈਸੇ ਨਾ ਹੋਣ ਕਾਰਨ ਕੰਡਕਟਰ ਨੇ ਪਾਲੀ ਨੂੰ ਤਾਂ ਕਿਰਾਇਆ ਅਗਲੇ ਦਿਨ ਦੇਣ ਦੀ ਮੌਲਤ ਦੇ ਦਿੱਤੀ ਪਰ ਇੱਕ ਬੁੱਢੀ ਨਾਲ ਰੁੱਖਾ ਵਰਤਾਓ ਕੀਤਾ ਉਸਨੇ ਬੁੱਢੀ ਮਾਈ ਨੂੰ ਬੱਸ ਵਿੱਚੋਂ ਹੇਠਾਂ ਉਤਰ ਕੇ ਪੈਸੇ ਪਨਾ ਕੇ ਲੈਣ ਲਈ ਕਿਹਾ ਉਸਨੇ ਬੁੱਢੀ ਦੁਬਾਰਾ ਤਰਲੇ ਕਰਨ ਉੱਤੇ ਹੀ ਉਸਨੂੰ ਬੈਠਣ ਦਿੱਤਾ ਪ੍ਰਸ਼ਨ ਨੰਬਰ 10 ਬੱਸ ਕੰਡਕਟਰ ਬਾਰੇ ਪਾਲੀ ਦੇ ਮਨ ਵਿੱਚ ਕੀ ਵਿਚਾਰ ਆ ਰਹੇ ਸਨ ਉੱਤਰ ਪਾਲੀ ਨੂੰ ਸ਼ੁਰੂ ਵਿੱਚ ਤਾਂ ਬੱਸ ਕੰਡਕਟਰ ਜੀਤ ਦਾ ਹਮਦਰਦੀ ਭਰਪੂਰ ਵਰਤਾਓ ਵਧੀਆ ਲੱਗਾ ਪਰ ਜਦੋਂ ਜੀਤ ਨੇ ਪਾਲੀ ਤੋਂ ਕਿਰਾਇਆ ਨਾ ਲਿਆ ਉਸ ਲਈ ਪਰੀ ਬੱਸ ਵਿੱਚ ਬੈਠਣ ਲਈ ਸੀਟ ਰੱਖੀ ਉਸ ਦੀ ਅੜੀਕ ਵਿੱਚ ਬੱਸ ਨੂੰ ਰੋਕੀ ਰੱਖਿਆ ਤਾਂ ਜੀਤ ਦਾ ਇਹ ਵਰਤਾਓ ਪਾਲੀ ਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਉਹ ਬਿਨਾਂ ਟਿਕਟ ਲਏ ਸਫ਼ਰ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਡਰ ਸੀ ਕਿ ਉਹ ਬਾਕੀ ਸਵਾਰੀਆਂ ਕੀ ਸੋਚਣ ਸੋਚਦੀਆਂ ਹੋਣਗੀਆਂ ਜਦੋਂ ਪਾਲੀ ਨੂੰ ਪਤਾ ਲੱਗਾ ਕਿ ਜੀਤ ਉਸ ਦੀ ਟਿਕਟ ਦੇ ਪੈਸੇ ਆਪਣੀ ਜੇਬ ਵਿੱਚੋਂ ਪਰ ਰਿਹਾ ਹੈ ਤਾਂ ਪਾਲੀ ਨੂੰ ਹੈਰਾਨੀ ਹੋਈ ਕੇ 60 ਰੁਪਏ ਦੀ ਤਨਖਾਹ ਨਾਲ ਗੁਜ਼ਾਰਾ ਕਰਨ ਵਾਲਾ ਉਸ ਦੀ ਟਿਕਟ ਦੇ ਪੈਸੇ ਕਿਵੇਂ ਦਿੰਦਾ ਹੋਵੇਗਾ? ਪ੍ਰਸ਼ਨ ਨੰਬਰ 4 ਬੱਸ ਵਿੱਚ ਟਿਕਟ ਚੈਕਰ ਦੇ ਚੜ ਜਾਣ ਨਾਲ ਪਾਲੀ ਕਿਉਂ ਡਰ ਰਹੀ ਸੀ? ਉੱਤਰ ਪਾਲੀ ਨੇ ਟਿਕਟ ਲਈ ਪੈਸੇ ਅੱਗੇ ਕੀਤੇ ਸਨ ਪਰ ਜੀਤ ਨੇ ਪਾਲੀ ਤੋਂ ਟਿਕਟ ਦੇ ਪੈਸੇ ਨਹੀਂ ਲਏ ਸਨ। ਜਦੋਂ ਚੈਕਰ ਬੱਸ ਵਿੱਚ ਚੜ ਕੇ ਟਿਕਟਾਂ ਚੈੱਕ ਕਰਨ ਲੱਗਾ ਤਾਂ ਕੰਡਕਟਰ ਵੱਲੋਂ ਟਿਕਟ ਨਾ ਦਿੱਤੇ ਜਾਣ ਕਰਨ ਉਹ ਬਹੁਤ ਪਰੇਸ਼ਾਨ ਹੋ ਗਈ। ਉਸ ਨੂੰ ਡਰ ਸੀ। ਕਿ ਉਸ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਸ ਕੋਲ ਟਿਕਟ ਨਹੀਂ ਹੈ। ਪ੍ਰਸ਼ਨ ਨੰਬਰ 5 ਹਸਪਤਾਲ ਵਿੱਚ ਕਿਹੜੀ ਗੱਲ ਪਾਲੀ ਨੂੰ ਬੇਚੈਨ ਕਰ ਰਹੀ ਸੀ? ਉੱਤਰ ਹਸਪਤਾਲ ਵਿੱਚ ਪਾਲੀ ਨੂੰ ਇਸ ਗੱਲ ਦੀ ਬੇਚੈਨੀ ਸੀ ਕਿ ਵਸ ਕੰਡਕਟਰ ਜੀਤ ਕਿਸ ਤਰ੍ਹਾਂ ਆਪਣੀ 60 ਰੁਪਏ ਦੀ ਤਨਖਾਹ ਵਿੱਚੋਂ ਉਸ ਦੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇਗਾ। ਉਹ ਇਹ ਸੋਚ ਰਹੀ ਸੀ ਕਿ ਹੋ ਸਕਦਾ ਹੈ ਉਸ ਨੂੰ ਕਿਸੇ ਦਿਨ ਰੋਟੀ ਤੋਂ ਬਿਨਾਂ ਵੀ ਰਹਿਣਾ ਪੈਂਦਾ ਹੋਵੇ। ਪ੍ਰਸ਼ਨ ਨੰਬਰ 6 ਬਸ ਕੰਡਕਟਰ ਨੇ ਪਾਲੀ ਨਾਲ ਆਪਣਾ ਕਿਹੜਾ ਰਾਜ ਸਾਂਝਾ ਕੀਤਾ ਉੱਤਰ ਬਸ ਕੰਡਕਟਰ ਜੀਤ ਨੇ ਪਾਲੀ ਨਾਲ ਆਪਣੇ ਦਿਲ ਦਾ ਰਾਜ ਸਾਂਝਾ ਕਰਦਿਆਂ ਦੱਸਿਆ ਕਿ ਉਸਦੀ ਭੈਣ ਵੀ ਲਾਹੌਰ ਵਿੱਚ ਡਾਕਟਰੀ ਵਿੱਚ ਪੜ੍ਹਦੀ ਸੀ ਹੱਲਿਆਂ ਵੇਲੇ ਉਹ ਸਾਰੇ ਟੱਬਰ ਸਮੇਤ ਮਾਰੀ ਗਈ ਉਹ ਰੁੱਲਦਾ ਖੁੱਲਦਾ ਇੱਧਰ ਆ ਗਿਆ ਪੜਾਈ ਨਾ ਹੋਣ ਕਰਕੇ ਉਹ ਕੰਡਕਟਰ ਬਣ ਗਿਆ ਉਸ ਨੂੰ ਪਾਲੀ ਦਾ ਬੈਗ ਤੇ ਟੂਟੀਆਂ ਦੇਖ ਕੇ ਆਪਣੀ ਭੈਣ ਅਮਰਜੀਤ ਜ਼ਿਆਦਾ ਜਾਂਦੀ ਹੈ ਇਸ ਕਰਕੇ ਉਹ ਉਸ ਨਾਲ ਇੰਨਾ ਮੋਹ ਰੱਖਦਾ ਹੈ ਪਰਸ਼ਾਨਾਂ ਬਰਸਤ ਬਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ ਪੁੱਤਰ ਬਸ ਕੰਡਕਟਰ 1947 ਦੇ ਕੱਲੂ ਘਾਰੇ ਦਾ ਸ਼ਿਕਾਰ ਇੱਕ ਨੌਜਵਾਨ ਸੀ ਉਸ ਦਾ ਪਰਿਵਾਰ ਪਾਕਿਸਤਾਨ ਵਿੱਚ ਹੱਲਿਆਂ ਵੇਲੇ ਮਾਰਿਆ ਗਿਆ ਸੀ ਉਹ ਇੱਕ ਗਰੀਬ ਅਤੇ ਇਮਾਨਦਾਰ ਆਦਮੀ ਹੈ ਉਸ ਦੇ ਦਿਲ ਵਿੱਚ ਆਪਣੀ ਮਰ ਚੁੱਕੀ ਭੈਣ ਲਈ ਬਹੁਤ ਪਿਆਰ ਹੈ ਉਸ ਦੀ ਭੈਣ ਡਾਕਟਰੀ ਦੀ ਪੜਾਈ ਕਰਦੀ ਸੀ ਇਸ ਲਈ ਉਹ ਪਾਲੀ ਵਿੱਚੋਂ ਆਪਣੀ ਮਰ ਚੁੱਕੀ ਭੈਣ ਦਾ ਚਿਹਰਾ ਦੇਖਦਾ ਹੈ ਅਤੇ ਉਸ ਨਾਲ ਹਮਦਰਦੀ ਅਤੇ ਪਿਆਰ ਨਾਲ ਪੇਸ਼ ਆਉਂਦਾ ਹੈ। ਵਸਤੂਨਿਸ਼ਟ ਪ੍ਰਸ਼ਨ ਪ੍ਰਸ਼ਨ ਨੰਬਰ 1 ਵਸ ਕੰਡਕਟਰ ਕਹਾਣੀ ਕਿਸ ਦੀ ਲਿਖੀ ਹੈ? ਉੱਤਰ ਦਲੀਪ ਕੌਰ ਟਿਵਾਣਾ ਦੀ। ਪ੍ਰਸ਼ਨ ਨੰਬਰ 2 ਪਾਲੀ ਕੀ ਕੰਮ ਕਰਦੀ ਸੀ? ਉੱਤਰ ਡਾਕਟਰੀ। ਪ੍ਰਸ਼ਨ ਨੰਬਰ 3 ਪਾਲੀ ਦੀ ਤਨਖਾਹ ਕਿੰਨੀ ਸੀ? ਉੱਤਰ 300 ਰੁਪਏ। ਪ੍ਰਸ਼ਨ ਨੰਬਰ 4 ਡਾਕਟਰੀ ਡਾਕਟਰ ਪਾਲੀ ਦੀ ਬਦਲੀ ਕਿੱਥੋਂ ਕਿੱਥੇ ਹੋਈ ਸੀ ਉੱਤਰ ਨਾਬੇ ਤੋਂ ਪਟਿਆਲì ਪ੍ਰਸ਼ਨ ਨੰਬਰ 5 ਪਾਲੀ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ ਉੱਤਰ 10 ਰੁਪਏ ਦਾ ਨੋਟ ਪ੍ਰਸ਼ਨ ਨੰਬਰ 6 ਜੀਤ ਨੇ ਪਾਲੀ ਨੂੰ ਕਿੱਥੇ ਉਤਾਰਿਆ ਸਿਨੇਮੇ ਦੇ ਕੋਲ ਪ੍ਰਸ਼ਨ ਨੰਬਰ 7 ਪਰਹੀ ਹੋਈ ਬੱਸ ਵਿੱਚ ਪਾਲੀ ਲਈ ਸੀਟਰ ਕਿਸ ਨੇ ਰੱਖੀ ਹੋਈ ਸੀ ਉੱਤਰ ਜੀਤ ਕੰਡਕਟਰ ਨੇ ਪ੍ਰਸ਼ਨ ਨੰਬਰ 8 ਕੰਡਕਟਰ ਨੇ ਟਿਕਟ ਚੈਕਰ ਨੂੰ ਆਪਣਾ ਤੇ ਪਾਲੀ ਦਾ ਕੀ ਰਿਸ਼ਤਾ ਦੱਸਿਆ ਉੱਤਰ ਭੈਣ ਭਰਾ ਦਾ ਪ੍ਰਸ਼ਨ ਨੰਬਰ 9 ਜੀਤ ਕੰਡਕਟਰ ਦੀ ਤਨਖਾਹ ਕਿੰਨੀ ਸੀ ਉੱਤਰ 60 ਰੁਪਏ ਪ੍ਰਸ਼ਨ ਨੰਬਰ 10 ਜੀਤ ਕੰਡਕਟਰ ਦੀ ਭੈਣ ਕੀ ਬਣਨਾ ਚਾਹੁੰਦੀ ਸੀ ਡਾਕਟਰ ਜੀਤ ਕੰਡਕਟਰ ਦੀ ਭੈਣ ਕਿੱਥੇ ਡਾਕਟਰੀ ਵਿੱਚ ਪੜਦੀ ਸੀ ਉੱਤਰ ਲਾਹੌਰ ਵਿੱਚ ਪ੍ਰਸ਼ਨ ਨੰਬਰ 12 ਜੀਤ ਕੰਡਕਟਰ ਦੇ ਘਰ ਦੇ ਸਾਰੇ ਜੀ ਕਿੱਥੇ ਮਾਰੇ ਗਏ ਸਨ ਉੱਤਰ ਲਾਹੌਰ ਹੱਲਿਆਂ ਵੇਲੇ ਜੀਤ ਕੰਡਕਟਰ ਦੀ ਭੈਣ ਦਾ ਨਾਂ ਕੀ ਸੀ ਉੱਤਰ ਅਮਰਜੀਤ ਪ੍ਰਸ਼ਨ ਨੰਬਰ 14 ਜੀਤ ਕੰਡਕਟਰ ਨੂੰ ਪਾਲੀ ਨੂੰ ਦੇਖ ਕੇ ਕੌਣ ਜਿਆਦਾ ਜਾਂਦਾ ਸੀ ਆਪਣੀ ਭੈਣ ਧੰਨਵਾਦ